ਅੱਜ ਅਸੀਂ ਜਿਹੜੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਸਜਾਦ ਗੁੱਜਰ ਪਾਵਰ ਗੁੱਜਰ ਬਾਰੇ ਆ। ਬੜੀ ਨਯਾਬ ਵੀਡੀਓ ਆ ਸਾਡੇ ਕਬੱਡੀ ਲਵਰਸ ਲਈ, ਸਾਡੇ ਕਬੱਡੀ ਪਲੇਅਰਾਂ ਲਈ। ਇਹ ਵੀਡੀਓ ਸਜਾਦ ਗੁੱਜਰ ਦੀ ਆਪਣੇ ਹੋਮ ਗਰਾਊਂਡ ਦੇ ਵਿੱਚ ਕੀਤੀ ਗਈ ਟ੍ਰੇਨਿੰਗ ਦੀ ਆ, ਕਿਉਂਕਿ ਇਸ ਤਰ੍ਹਾਂ ਆਪਣਾ ਫੁੱਟਵਰਕ ਕਰਦੇ ਆ, ਕਿਸ ਤਰ੍ਹਾਂ ਆਪਣਾ ਸਪੀਡ ਵਰਕ ਕਰਦੇ ਆ, ਅਤੇ ਇਹ ਸਾਰੇ ਕਬੱਡੀ ਲਵਰਸ ਕਬੱਡੀ ਪਲੇਅਰਸ ਹੋਰ ਨਾਲ ਦੇਖਿਓ ਤਾਂ ਕਿ ਤੁਹਾਨੂੰ ਵੀ ਫਾਇਦਾ ਹੋ ਸਕੇ। ਹਾਂ, ਅਗਰ ਇਹ ਤੁਹਾਨੂੰ ਇਹ ਵੀਡੀਓ ਪਸੰਦ ਆਵੇ ਤਾਂ ਆਪਣੀ ਵਿੱਚ ਕਮੈਂਟ ਜ਼ਰੂਰ ਦਿਆ ਕਰੋ, ਅਤੇ ਅਗਰ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਮਜ਼ੀਦ ਇਸ ਤਰ੍ਹਾਂ ਦੀ ਵੀਡੀਓਜ਼ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਸ਼ੁਕਰੀਆ। ਪਹਿਲੇ ਇਸ ਟ੍ਰੈਕਿੰਗ ਜਿਹੜੀ ਕੀਤੀ ਹੈ ਬਹੁਤ ਜ਼ਰੂਰੀ ਹੈ, ਸਹੀ ਜਿਸ ਨੂੰ ਵਾਰਮ ਅਪ ਕਰਨ ਤੋਂ ਪਹਿਲੇ ਸਟ੍ਰੈਚਿੰਗ ਦੇ ਨਾਲ ਜਿਹੜੇ ਮਸਲ ਸੁੱਤੇ ਹੁੰਦੇ ਨਾ ਜਿਹਦਾ ਰੱਖ ਜਿਹੜੇ ਨੂੰ ਜਗ ਜਾਂਦੇ ਨੇ, ਫਿਰ ਵਾਰਮ ਅਪ ਅੱਛੇ ਤਰੀਕੇ ਨਾਲ ਹੋ ਜਾਂਦਾ। ਪੰਜ ਤੀਹ ਮੀਟਰ ਦੀਆਂ ਅਤੇ ਪੰਜ ਪੱਚੀ ਮੀਟਰ ਦੀਆਂ
ਇਸ ਤੋਂ ਇਲਾਵਾ ਆਪਣਾ ਕੰਪੈਸਟੀ ਹੋਈ ਤਾਂ ਫਿਰ ਹੋਰ ਵੀ ਸਪੀਡ ਵਰਕ ਬੰਦਾ ਕਰ ਸਕਦਾ, ਲੇਕਿਨ ਵੱਡੀ ਪਲੇਅਰ ਵਾਸਤੇ ਇਹ ਛੁੱਟਾਂ ਹੋਣੀਆਂ। ਆ 20 ਮੀਟਰ ਦਾ 20 ਮੀਟਰ ਆਉਣ ਜਾਣ 10 ਸ਼ੂਟਾਂ ਕਬੱਡੀ ਪਲੇਅਰ ਵਾਸਤੇ ਜ਼ਰੂਰੀ ਹੈ ਬਹੁਤ।
ਐਕਸਰਸਾਈਜ਼ ਦੇ ਦੌਰਾਨ ਪਾਣੀ ਦੇ ਵਿੱਚ ਹੁੰਦਾ ਉਹ ਠੀਕ ਨਹੀਂ ਹੁੰਦਾ ਇਹ ਦੇਸੀ ਮਾਲ ਇਹਦੇ ਨਾਲ ਜੇ ਅਗਰ ਕੱਚਾ ਘਾੜਾ ਹੋਵੇ ਜਾਂ ਕੱਚਾ ਦਾ ਨਾ ਕੀ ਅਗਰ ਮੱਗਾ ਹੋਵੇ ਮਿੱਟੀ ਦਾ ਉਹ ਬਿਹਤਰ ਹੈ दोस्तों अगर आप रोज़ाना कबड्डी की नई वीडियोस और मैचेस देखना चाहते हैं तो हमारा यूट्यूब चैनल कबड्डी दा इश्क सब्सक्राइब करें और इसके साथ बेल के बटन को दबाएं। शुक्रिया।